अल्कोहल कंजम्पशन इज इंजूरियस टू हेल्थ. शराब पीना सेहत के लिए हानिकारक है. ਉਹ ਰਹਿਣ ਦੇ ਤੂੰ, ਜਾਣਦਾ ਮੈਂ ਤੈਨੂੰ ਨਾਲੇ ਤੇਰੀ ਬੌਟੀ ਨੂੰ. ਕੱਲ੍ਹ ਬਾਜ਼ਾਰ 'ਚ ਅੰਬਾਂ ਵਾਲੀ ਰੇੜੀ ਤੋਂ ਅੰਬ ਵਾਲੇ ਤੋਂ ਕਿਲੋ ਅੰਬ ਪਵਾ ਕੇ ਪਤਾ ਕੀ ਕਹਿੰਦੀ? ਕੀ ਕਹਿੰਦੀ? ਵੇ ਭਾਈ, ਥੋੜ੍ਹੇ ਜਿਹਾ ਧਨੀਆ ਤਾਂ ਪਾ ਦੇ. ਓਏ ਓਏ, ਤੂੰ ਤਾਂ ਮੇਰੇ ਤੋਂ ਵੱਡਾ ਲਾਣਤੀ ਆ. ਉਹ ਮੇਰੇ ਵਾਲੀ ਨੇ ਤਾਂ ਧਨੀਏ ਮੰਗੇ ਦੀ, ਉਹ ਤੇਰੇ ਵਾਲੀ ਤਾਂ ਧਨੀਏ ਵਾਲੇ ਨਾਲ ਭੱਜ ਗਈ ਤੀ, ਅੱਜ ਤੱਕ ਨੀ ਪੁੱਠੀ ਮੁੜੀ. ਫੇਰ ਕੀ ਗੱਲ ਹੋ ਗਈ ਜੇ ਭੱਜ ਗਈ? ਮੇਰੇ ਕੋਲੇ ਬਥੇਰੀਆਂ ਕੁੜੀਆਂ ਨੇ, ਹੋਰ ਕਰਾ ਦੂ ਰਿਸ਼ਤਾ. ਕੁੜੀਆਂ ਦੀ ਤਾਂ ਮੈਂ ਲਾਈਨ ਲਾ ਦੂ ਤੇਰੇ ਪਿੱਛੇ. ਉਹ ਭੂਆ, ਉਹ ਜਿਹੜੀ ਧਨੀ ਵਾਲੇ ਨਾਲ ਭੱਜੀ ਆ, ਉਹਦਾ ਵੀ ਤਾਂ ਤਹੀਂ ਕਿਰਾਇਆ ਦੀ. ਉਹ ਤੇਰਾ ਕਿਰਾਇਆ ਰਿਸ਼ਤਾ ਨਹੀਂ ਸਿਰੇ ਚੜਦਾ, ਕੱਚੇ ਕੰਮ ਨੇ ਤੇਰੇ. ਦੁਰ ਫਿੱਟੇ ਮੂੰਹ ਬੇ, ਅੱਜ ਕੱਲ੍ਹ ਕਿਹੜੇ ਕੁੜੀਆਂ ਦਾ ਪਤਾ ਲੱਗਦਾ? ਉਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਵੀ ਆਪਦੇ ਬਾਏਫ੍ਰੈਂਡ ਨਾਲ ਭੱਜ ਗਈ. ਹੋ ਗਈ ਫੁਰ ਹੋ ਗਈ. ਭੂਆ, ਕਿਸੇ ਪੱਕੀ ਜੀ ਕੁੜੀ ਦਾ ਰਿਸ਼ਤਾ ਕਰਾ. ਪੱਕੀ ਮਤਲਬ ਪੱਕੇ ਰੰਗ ਦੀ? ਓਏ ਉਹ ਕਾਣੂ ਭੂਆ, ਪੱਕੇ ਰੰਗ ਦੀ ਮੇਰਾ ਮਤਲਬ ਜਿਹੜੀ ਭੱਜੇ ਨਾ. ਅੱਛਾ ਬੇ, ਹੈਗੀ ਆ ਕੁੜੀ? ਹੈਗੀ ਭੂਆ. ਫਿਰ ਜਿਹੜੀ ਬਿਨਾਂ ਲੱਤਾਂ ਤੋਂ ਹੋਵੇ, ਨਾ ਭੱਜੇ ਨਾ ਕਰੇ. ਉਹ ਜੋ ਗਿਆ ਪਹਿਲਾਂ ਭੂਆ ਦੀ ਤੋੜ ਦੇ ਲੱਤਾਂ. ਮੈਂ ਨਹੀਂ ਚੱਕ. ਉਹ ਕੀ ਹੋਇਆ ਮੇਰੇ ਯਾਰ? ਲਾਓ ਧੱਕਾ, ਨੌਜਵਾਨ ਮੁੰਡਿਆ ਲਾਓ ਧੱਕਾ. ਹੋ ਸਟਾਰਟ ਤਾਂ ਲੈ, ਜ਼ੋਰ ਲਗਾ ਕੇ ਹਈਸ਼ਾ. ਉਹ ਬਾਪੂ, ਇਹਨੂੰ ਵੇਚ ਦੇ ਕਿਸੇ ਕੁਬਾੜੀਏ ਨੂੰ, ਇਹ ਨਹੀਂ ਹੁੰਦਾ ਸਟਾਰਟ. ਉਹ ਮੇਰੇ ਦਾਜ ਚ ਮਿਲਿਆ ਹੋਇਆ ਸਕੂਟਰਾ, ਜੇ ਵੇਚਦਾ ਤੇਰੀ ਮਾਂ ਨੇ ਖੜਾ ਨਹੀਂ ਛੱਡਣਾ. ਰੋਜ਼ ਕਲੇਸ਼ ਹੋਊ ਕਰਾਂ, ਘਰ ਚੋਂ ਕੱਢ ਦੇਣਾ ਮੈਨੂੰ. ਓਕੇ, ਕਿਹੜਾ ਨਹੀਂ ਹੁੰਦਾ ਕਲੇਸ਼, ਇਹ ਤਾਂ ਰੋਜ਼ ਦਾ ਹੀ ਕੰਮ ਹੈ ਤੁਹਾਡਾ. ਚੱਲ ਪਕਾਈ ਨਾ, ਮਾਰ ਧੱਕਾ ਲਾਓ ਕਰਾਂ. ਉਹ ਲਾਓ ਧੱਕਾ. ਉਹ ਬਸ ਯਾਰ, ਹੁਣ ਨਹੀਂ ਲੱਗਦਾ ਧੱਕਾ, ਮੈਨੂੰ ਮਾਫ਼ ਕਰ. ਮੈਂ ਤਾਂ ਚੱਲਿਆ ਯਾਰ, ਤੂੰ ਤਾਂ ਇੱਦਾਂ ਪਕਾਈ ਕਰਵਾਈ ਜਾਏਗਾ. ਓ ਲਾਡੀ, ਹੁਣ ਕੀ ਕਰੀਏ? ਹੈਗਾ ਕੋਈ ਹੱਲ? ਹੱਲ ਹੈਗਾ ਬਾਪੂ. ਕੀ ਆ? ਓਏ ਆ ਫੜ ਬਾਪੂ ਡੱਬੀ, ਕਰਦੇ ਸੰਸਕਾਰ, ਦੇਖੇ ਜਾਓ ਜੋ ਉਹ. ਉਹ ਪਹਿਲਾਂ ਮੈਨੂੰ ਇਹ ਦੱਸ, ਤੂੰ ਡੱਬੀ ਦਾ ਕੀ ਕਰਦਾ? ਓਏ ਉਹ ਪਟਾਕੇ ਵਜਾਉਂਦਾ ਬਾਪੂ. ਚੱਲ ਪਾ ਜਾ ਇੱਥੋਂ. ਪਟਾਕੇ ਵਜਾਉਂਦਾ ਇਹ ਸਾਲਾ, ਜਦ ਵੀ ਦਊਗਾ ਪੁੱਠੀ ਸਲਾਹ ਦਊਗਾ, ਮੈਂ ਆਪੇ ਕਰ ਲੂੰਗਾ ਹਿੱਲਾ. ਸਾਲਾ ਚੰਗਾ ਜਾ ਭੀੜਾ ਓਏ, ਉਹ ਜੇ ਰੂਪ ਦੇ ਪੇਕਿਆਂ ਤੋਂ ਨਾ ਆਉਂਦਾ ਸਕੂਟਰ, ਹੁਣ ਕਾਦਾ ਭੁੱਚਰ ਕੁਆੜੀ ਦੇ ਵਿੱਚ ਆਉਂਦਾ. ਹੁਣ ਕੀ ਕਰਾਂ ਯਾਰ, ਕਿੱਥੇ ਲੈ ਕੇ ਜਾਵਾਂ ਇਹਨੂੰ? ਹੈਂ ਮੱਖਣਾ ਮੇਰੇ ਵੀਰਾ, ਮੱਖਣਾ 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 ਮੱਖਣਾ. ਕਿੱਧਰੋਂ ਆਇਆ? ਬਾਈ ਅੱਜ ਤੱਕ ਕਰਾ ਦੇ ਸਕੂਟਰ ਨੂੰ. ਹਾਂ ਜੇ ਸਟਾਰਟ ਹੋ ਗਿਆ ਨਾ, ਮੈਂ ਤੈਨੂੰ ਵੀ ਤੇਰੇ ਘਰ ਛੱਡਿਆ ਲਾ ਦਊਂਗਾ. ਹਾਂ ਪਰ ਇੱਕ ਸ਼ਰਤ ਹੈ. ਸ਼ਰਤ? ਉਹ ਕਿਹੜੀ? ਮੈਂ ਜਾਣਾ ਤੇਰੀ ਭਰਜਾਈ ਨੂੰ ਮਿਲਣ, ਇੱਕ ਰਾਤ ਸਕੂਟਰ ਦੇਣਾ ਪਊਗਾ ਮੈਨੂੰ. ਮਨਜ਼ੂਰ ਹੈ? ਬੋਲ. ਉਹ ਤੂੰ ਤਾਂ ਟੁੱਟਣਾ ਹੀ ਆ, ਮੇਰਾ ਸਕੂਟਰ ਵੀ ਤੁੜਵਾਏਗਾ, ਮੈਨੂੰ ਨਹੀਂ ਮਨਜ਼ੂਰ. ਓਏ ਅੱਗੇ ਕਿਹੜਾ ਤੂੰ ਏਜੰਸੀ ਜੋ ਕਿਹੜਾ ਕਹਿੰਦੇ ਹੈ, ਟੁੱਟਿਆ ਦਾ ਪਿਆ ਜਗ੍ਹਾ ਜਗ੍ਹਾ ਤੋਂ. ਹੈ ਬਾਬੇ ਆਦਮ ਵੇਲੇ ਦਾ ਤਾਂ ਹੈਗਾ ਇਹ, ਬਾਕੀ ਨਹੀਂ ਮਨਜ਼ੂਰ ਤਾਂ ਯਾਰ ਚੱਲੇ ਨੇ. ਓਏ ਓਏ ਓਏ, ਮੱਖਣਾ 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 ਮੱਖਣਾ. ਹਾਂ ਬਾਈ. ਓਏ ਉਹ ਪੈੜੀ ਜਨਾਨੀ ਮੰਗੋ ਮੂੰਹ ਵੱਟੀ ਜਾਣਾ. ਚੱਲ ਲੈ ਜੀ, ਪਰ ਇੱਕ ਸ਼ਰਤ ਮੇਰੀ ਵੀ ਆ. ਬੋਲ. ਮੈਂ ਤੇਰੇ ਨਾਲ ਜਾਊਂਗਾ, ਮਨਜ਼ੂਰ ਹੈ ਤਾਂ ਦੱਸ. ਚੱਲ ਕਰੀ ਫਿਰ. ਹਾਂ ਮਨਜ਼ੂਰ, ਮੈਂ ਜਾਊਂਗਾ ਤੇਰੀ ਭਰਜਾਈ ਨੂੰ ਮਿਲਣ, ਤੂੰ ਤਾਂ ਉੱਥੇ ਪੈਰਾ. ਚੱਲ ਫਿਰ ਲਾ ਧੱਕਾ.
ਲਾਵਾਂ ਹਾਂ ਬੈ ਉੱਤੇ ਉਹ ਉੱਤੇ ਦੇ ਬੈਠਾ ਮੈਂ ਤੂੰ ਧੱਕਾ ਲਾ ਲੈ ਕਰੀ ਫਿਰ ਹਾਂ ਕਿਹੜਾ ਜਿਹਾ ਹੋ ਕੇ ਹੈਂਡਲ ਫੜੀ ਆ ਫੜਿਆ ਹੋਇਆ ਦੇਖ ਮੇਰੇ ਚ 10 ਹਾਥੀਆਂ ਜਿੰਨਾ ਜ਼ੋਰ ਹੈ ਉਹ ਤੂੰ ਧੱਕਾ ਤੜਾ ਲਾਵਾਂ ਚੱਲ ਫਿਰ ਆ ਜਾ ਏ ਲੈ ਜ਼ੋਰ ਲਗਾ ਕੇ ਹੀਸ਼ਾ स्कूटर लेके जावा के एनू लेके जावा तनोके नू चल उठ खड़ा हो आ जा बल्ले 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 जट नू चल भाई पिछे बिरे तू पीछे बै मैं चलाऊंगा उतर थले तू बैजा पीछे मैं बैठा हाँ। पीछे हाँ ते तो चलना नहीं है तू बैजा पीछे बैजा ला भाई बै गया खिच दे के रहना हूं ओ तेरा बेड़ा बैजे पुठे जमे सीधा मुंह करके बैठ अच्छा पुठा बै गया थी ओ नाले आप सट खाएगा नाले मेरे मरेगा चल बैठ 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 बैजा बैजा ए ले चल ले रब दानो चल जे मटर रे बल्ले बल्ले देख ले लाडी तड़के दा उजड़े तेरा प्यो हुण तक नहीं आया आथण हो गई जय खाण दे ने मेरी जून खराब कीती पई है ए मेरे कर्म च तेरे पे सी कंजरां दा शराबी तू ही है मम्मी ਜਿਹੜੀ ਕੱਟੀ ਜਾਣੀ ਹੋਵੇ ਜੇ ਬੰਦੇ ਨਾਲ ਜੇ ਕੋਈ ਹੋਰ ਹੁੰਦੀ ਨਾ ਤਲਾਕ ਦੇ ਕੇ ਫੁਰ ਹੋ ਜਾਂਦੀ ਮੈਂ ਤੇਰੇ ਤੇ ਹੈਰਾਨ ਆ ਵਿਕਾਣ ਹੂੰ ਵਿਆਹ ਵੇਲੇ ਤਾਂ ਬਥੇਰਾ ਚੰਗਾ ਸੀ ਬਥੇਰਾ ਸਭ ਸੀ ਆ ਹੁਣ ਹੀ ਸੱਪ ਲੜਿਆ ਚੰਦਰੇ ਸੜੇ ਹਾਣ ਨੂੰ ਮਿਲੇ ਤਾਂ ਸਹੀ ਕਦੇ ਵਿਚੋਲਾ ਚੰਗੀ ਤਰ੍ਹਾਂ ਤੇ ਨਿਸੜੀ ਦਊ ਉਹ ਹੋਰ ਦੁਖੀ ਹੋਇਆ ਬੰਦਾ ਕੀ ਕਰੂਗਾ ਮੰਮੀ ਵਿਚਾਰੇ ਨੂੰ ਸਾਹ ਤੇ ਓਨ ਨਹੀਂ ਦਿੰਦੀ ਵੀ ਤੂੰ ਮਿੰਟਾਂ ਹੀ ਤਿਲਕ ਜਾਂਦਾ ਹੁਣ ਤੂੰ ਮੇਰੀ ਮੇਰ ਕਰਾਈ ਜਾਂਦਾ ਸੀ ਹੁਣ ਤੂੰ ਉਹਦੇ ਕਹਿੰਦਾ ਹੋ ਗਿਆ ਮੈਂ ਤੇਰੇ ਤੇ ਹੈਰਾਨ ਆ ले ओ आ गया तेरा मिर्जा देख कि मैं चूलदा हुंदा है सवेदे वांग मम्मी तू ना इदी नजर तार दे देख किन्नी टोर है जट दी घेंट लगदा है पूरा नजर नहीं ए तो मैं हथौड़ा तारूंगी ले मम्मी चक दे फिर गुरबख्श बेले वांग सतवें सुर च वे आपड़े करे किथे उजड़ी सी सवेर दा क्यों मेरा लहू पीना क्यों नहीं चकदा रब तेनू ओ जे कामा दे कहे टके मर जाण फिर ता पट गए पूरे नाले रब बेला नहीं तेरे वांगू और बथेरे काम ने नू अच्छा मैं बेली रहनी सारा दिन घर दे काम कर दियां तेरे वांगू नहीं भी खा लिया पी लिया सौ लिया ते मूत लिया ओए आ ता छेती जाना थी आ सौरे दा दित्ता होया जहाज स्टार्ट नहीं होया वे शुक्र कर शुक्र मना तू मेरे पेक्यां ने तेनू स्कूटर देता तेरे वर्गे बंदे नू ता कोई खोती ना देवे खबरदार जे मेरे पेक्यां दे स्कूटर बारे माड़ा चंगा बोले ता ਮੈਥੋਂ ਬੁਰਾ ਕੋਈ ਨਹੀਂ ਉਹ ਲਾਡੀ ਇਹਦਾ ਬਟਨ ਬੰਦ ਕਰਕੇ ਤੂੰ ਓਏ ਪੂਰਾ ਸਾਹ ਲੈ ਲੈ ਨਾ ਰੋਟੀ ਨਾ ਪਾਣੀ ਘਰਾਂ ਵੜਦੇ ਲੱਗ ਜਾਂਦੇ ਕਿਰਨੇ ਪਾਉਣ ਜਿਵੇਂ ਮਰ ਗਿਆ ਹੋਵੇ ਕੋਈ ਉਹ ਚੱਲ ਛੱਡ ਪਰਾ ਮੰਮੀ ਇਹਨੂੰ ਕਿੱਥੇ ਅਸਰ ਹੋਣਾ ਤੇਰੀਆਂ ਗੱਲਾਂ ਦਾ ਤੂੰ ਉਂਝੀ ਆਪਣਾ ਬਲੱਡ ਪ੍ਰੈਸ਼ਰ ਵਧਾਈ ਜਾਨੀ ਹੈ ਵੇ ਅਸਰ ਅਸਰ ਤਾਂ ਮੈਂ ਮਿੰਟਾਂ 'ਚ ਕਰਾ ਦੂੰਗੀ ਐਵੇਂ ਤਾਂ ਨਹੀਂ 15 ਸਾਲ ਕੱਟ ਲਏ ਇਹਦੇ ਨਾਲ ਮੈਂ ਵੀ ਪੂਰੇ ਅਣਖੀ ਪਿਓ ਦਿੱਤੀ ਆ ਅਣਖੀ ਦੀ ਉਹ ਤੂੰ ਉਹ ਰਹਿਣ ਦੇ ਤੂੰ ਜਾਣਦਾ ਮੈਂ ਵੱਡੇ ਅਣਖੀਆਂ ਨੂੰ ਸਾਲੇ ਤੜਕੀ ਨਿਕਲ ਜਾਣਗੇ ਦੋਨੋਂ ਥਾਲੀਆਂ ਲੈ ਕੇ ਲੰਗਰ ਲੈਣ ਆਪਣਾ ਖਾ ਜਾਣਗੇ ਬਾਕੀਆਂ ਦਾ ਪਵਾ ਲੈਣਗੇ ਵੱਡੇ ਅਣਖੀ ਉਹ ਤੇਥੋਂ ਬੁਰਾ ਹੋਰ ਹੋ ਵੀ ਕੌਣ ਸਕਦਾ ਸਰੂਪ ਨੂੰ ਖਦੀਏ ਭੈਣੇ ਚੱਲ ਬਣਾ ਰੋਟੀ ਕਿਤੇ ਸਿਖਾ ਲੈ ਮੈਂ ਤੋਂ ਹੱਡੀਆਂ ਭੌਂਕੀ ਜਾਂਦੀ ਐਵੇਂ ਉਹ ਚਲੋ ਛੱਡੋ ਹੁਣ ਅੱਜ ਲਈ ਇੰਨਾ ਹੀ ਬਹੁਤ ਹੈ ਦਿਨ ਵੀ ਚੜ੍ਹਨਾ ਕੱਲ ਨੂੰ ਚੱਲ ਹੁਣ ਰੋਟੀ ਬਣਾ ਦੇ ਮੰਮੀ ਤੜਕੇ ਲੜ ਲਿਓ ਜਿੰਨਾ ਕੁ ਲੜਨਾ ਹੈ ਉਹ ਜਾਓ ਹੁਣ ਅੱਜ ਕਰਦਿਆਂ ਦੇ ਭਰਾਵਾਂ ਨੂੰ ਫੋਨ ਉਹੀ ਤੋੜਨਗੇ ਤੇਰੇ ਹੱਡ ਗੋਡੇ ਉਹ ਕਰਦੀ ਕਰਦੀ ਭਾਈਆਂ ਨੂੰ ਕਹਾਂ ਦਾਰਾ ਸਿੰਘ ਦੇ ਚੇਲੇ ਨੇ ਹੋ ਹਜੇ ਪਿਛਲੇ ਹਫਤੇ ਗਏ ਨੇ ਛਿੱਤਰ ਖਾ ਕੇ ਆਣਦੇ ਸਾਲਿਆਂ ਨੂੰ ਦੋ ਦੋ ਹੋਰ ਮਾਰੂ ਖੰਬੜ 'ਚ ਉਹ ਬਸ ਕਰੋ ਯਾਰ ਹਟੋਂਗੇ ਯਾ ਕਰਾਂ ਕੁੱਤੇ ਹਣੀ ਪਤਾ ਨਹੀਂ ਕਿਵੇਂ 15 ਸਾਲ ਕੱਢ ਲਏ ਇਹਨਾਂ ਨੇ ਉਹ ਲਾਡੀ ਓਏ ਤੇਰੀ ਮਾਂ ਨੂੰ ਸਮਝਾ ਕੇ ਰੱਖਿਆ ਕਰ ਨਹੀਂ ਖੌਂਸਲੇ ਖਾ ਲੂ ਮੈਂ ਤੋ ਕਿਸੇ ਦਿਨ ਓ ਬਾਪੂ ਤੂੰ ਕਿਹੜਾ ਘੱਟ ਬੋਲਦਾ ਤੂੰ ਵੀ ਤਾਂ ਵੱਧ ਹੀ ਬੋਲਦਾ ਚੁੱਪ
धर्म सिंह कर रही है नहीं कड्या हुआ करो तेरे सामने बैठा दीदा नहीं लगता दत्ती है तू फरात भरजाई ने जेड़ा खिजे जा बैठा है वह तैयार नहीं होया चलना नहीं वो तैयार होने को कड़ा तू बरात चढ़ना वो बरात भी चढ़ांगे तेरी भरजाई नू मिलने जाना है तैयार हो करा यार वो तैं कड़ा स्कूटर नू धक्का लवाया थी शराबी होकर उठी डिग्गिया थी बेमखना तू रहन दे इनू तू कल्ले ही जाया जिथे जाना है ओ भरजाई निकल जा करन दो घरों बेचारे नू बंदे दा हवा पानी होर हो जांदा बेमखना ये तो पहली हवा वथेरी खराब है ओ भरजाई इन्ना भी माड़ा नहीं साडा भरा जिन्ना तू समझदी है वो बंदा साओ मिल गया तेनू वो एदी कदर करया कर कदर बेमखना मैं तो बथेरी कदर करदी हां हजे रात ही करके हटी हां पुछ लवदे बाई नू किवें मूंह जा बनाई बैठा है दसदा नहीं बाई लगदा है करती भरजाई ने सेवा है वो तो छड परे लाडी दी मम्मी मैं जाया मैं मखण वाला इहदे रिश्ते दी गल करके आनी आ ये कहंदा तू चल नाल बाई सियाणा बंदा सियाणा ही हुंदा सियाणी गल करदा ओ हां हां ले जा चाचा इने गहांडे देने करे लड़ना ही है बेलड़ने देख ला रूप होरा फर्क नहीं है जितना तू भौंकदी आ उतना ही ये भौंकदा सड़ा मां वर्गा ओ पापा तू कहने मां वर्गा मम्मी कहंदी है प्यो वर्गा मैं तो कंफ्यूज होया पिया कि मैं है किदे वर्गा दे जवाब चल यार थोड़ा तो काटो कोले से मुकना ही नहीं चल हो तैयार करा चल फिर चल ठीक आ अब तू स्कूटर स्टार्ट कर मैं तैयार होके आया चल ठीक आ जा यार स्टार्ट का तो नहीं हो रहा हद हो गई मेरे यार लगता टेढ़ा करना पूगा चोर भाई ओहो मोर मोर ओ तरमिया ए नहीं फुफड़ स्टार्ट हुंदा आ देख के रहनू आके साले ने हफाता ਐ ਨਹੀਂ ਹੁੰਦਾ ਸਟਾਰਟ ਇਹ ਹੋਰ ਕਿਵੇਂ ਹੋਊਗਾ ਮੈਂ ਦੱਸਦਾ ਤੈਨੂੰ ਇਹ ਲੈ ਲਾ ਧੱਕਾ ਧੱਕਾ ਨਾ ਹੋਊਗਾ ਲਾ ਧੱਕਾ ਹਾਂ ਹਾਂ ਲੱਗਦਾ ਕਰਾਂਗਾ ਬੇਇੱਜ਼ਤੀ ਯਾਰ ਕਿਤਨੀ ਬੇਇੱਜ਼ਤੀ ਹੁੰਦੀ ਚੱਲ ਜ਼ੋਰ ਲਗਾ ਕੇ ਚੱਲ ਬਾਈ ਓਏ ਹਈਸ਼ਾ ਜ਼ੋਰ ਲਗਾ ਕੇ ਹਈਸ਼ਾ ਜ਼ੋਰ ਲਗਾ ਕੇ ਹਈਸ਼ਾ ਜ਼ੋਰ ਲਗਾ ਓਏ ਉਹ ਮੈਨੂੰ ਤਾਂ ਲੈ ਜਾ ਖੜ ਜਾ ਖੜ ਜਾ ਚੰਗਾ ਜਾ ਬਸੜਾ ਹੈ ਕਦੇ ਸਟਾਰਟ ਹੋ ਜਾਂਦਾ ਕਦੇ ਹੁੰਦਾ ਨਹੀਂ ਧੱਕਾ ਲਾ ਲਾ ਹਫਾਤਾ ਲਾ ਲਾ ਤੇਲ ਮੁੱਕ ਗਿਆ ਓਹੋ ਆਏ ਹਾਏ ਓਏ ਪੈਟਰੋਲ ਪਵਾ ਲਾ ਤੀ ਕਿਤੇ ਰਸਤੇ 'ਚ ਨਾ ਖੜ ਜੇ ਬੱਲੇ ਓਏ ਤੇਰੇ ਮਸ਼ੂਕ ਨੂੰ ਮਿਲਣ ਤੂੰ ਜਾਵੇਂ ਪੈਟਰੋਲ ਮੈਂ ਪਵਾਵਾਂ ਬੜਾ ਸਿਆਣਾ ਜਾਂ ਮੈਂ ਤੇਰੀ ਮਾਂ ਨੇ ਓਏ ਬੜਾ ਵੱਡਾ ਜਿਗਰਾ ਤੇਰਾ ਯਾਰ ਦਾ ਆ ਚੱਕ 20 ਰੁਪਏ ਪਵਾ ਲਾ ਪੈਟਰੋਲ ਨਾਲ ਡਰੰਮ ਵੀ ਦੇ ਦੇ ਜਿਹੜਾ ਬਚ ਗਿਆ ਉਹ 'ਚ ਪਵਾ ਲੂੰਗਾ ਸ਼ਰਮ ਤਾਂ ਨਹੀਂ ਆਉਂਦੀ 20 ਰੁਪਏ ਦਾ ਪੈਟਰੋਲ ਪਤਾ ਕਿੰਨਾ ਮਹਿੰਗਾ 20 ਰੁਪਏ ਦਾ ਤਾਂ ਸੁੰਗਣ ਬਾਅਦ ਵੀ ਦੰਦੇ ਟੱਕਣੇ 'ਚ ਪਾ ਕੇ ਬਥੇਰਾ ਵੱਡਾ ਜਿਗਰਾ ਤੇਰੇ ਵੀਰ ਦਾ ਆ ਚੱਕ 10 ਦਾ ਨੋਟ ਹੋਰ ਇਕੱਠੇ 30 ਦਾ ਪਵਾ ਲੈ ਉਹ ਤੂੰ ਵੀ ਕੀ ਯਾਦ ਰੱਖੇਗਾ ਮੱਖਣ ਨੂੰ ਕਰਾ ਲੈ ਟੰਕੀ ਫੁੱਲ ਚੱਲ ਮਾਰ ਕਿੱਕ ਹੁਣ ਕਰਾਂ ਉਹ ਕਿੱਕ ਕੁੱਕ ਨਹੀਂ ਵੱਜਦੀ ਸੀ ਧੱਕਾ ਲਾਉਣਾ ਪੈਂਦਾ ਧੱਕਾ ਸਟਾਰਟ ਆ ਉਹ ਟੇਢਾ ਕਰ ਲੈ ਇਹ ਤਾਂ ਇੰਨੇ ਕੁ ਤੇਲ ਨਾਲ ਸਟਾਰਟ ਹੋ ਜਾਂਦਾ ਨਾ ਸਿਰਫ ਧੱਕਾ ਸਟਾਰਟ ਲਾ ਧੱਕਾ ਐਵੇਂ ਸੌਖਾ ਪਿਆ ਕਿਤੇ ਮੈਂ ਸ਼ੁਕਰ ਨੂੰ ਮਿਲਣਾ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਕੁਰਬਾਨੀਆਂ ਕਰਾਏਗਾ ਬੇਇੱਜ਼ਤੀ ਸਹੁਰਿਆਂ ਦੇ ਘਰ ਚੱਲ ਲਾ ਧੱਕਾ ਲਾ ਜ਼ੋਰ ਲਾ ਜ਼ੋਰ ਲਗਾ ਕੇ ਹਈਸ਼ਾ ਜ਼ੋਰ ਲਗਾ ਕੇ ਹਈਸ਼ਾ ਲਾ ਧੱਕਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਓਏ ਓਹੋ ਉਹ ਹੰਬ ਗਿਆ ਓਹੋ ਉਹ ਧਰਮੇ ਬਾਈ ਕਦੋਂ ਹੋਊਗਾ ਸਟਾਰਟ ਉਹ ਹੁਣ ਤਾਂ ਗੋਗੀ ਦੇ ਪਿੰਡ ਵਾਲੀ ਭਾਈ ਵੀ ਆ ਗਈ ਬਸ ਹੋਣ ਵਾਲੀ ਆ ਹੋ ਗਿਆ ਇੰਜਣ ਗਰਮੀ ਦਾ ਥੋੜ੍ਹਾ ਜਿਹਾ ਹੋਰ ਜ਼ੋਰ ਲਾ ਕੇ ਰਾਂ ਐਂ ਸਟਾਰਟ ਹੋ ਜੂ ਤਾਂ ਲਾ ਜ਼ੋਰ ਮੇਰਾ ਵੀਰ ਬਣ ਕੇ ਚੱਲ
ਮੈਨੂੰ ਨਹੀਂ ਲੱਗਦਾ ਹੋ ਜੂਗਾ। ਉਹ ਲੱਗਦਾ ਕੁਝ ਨਹੀਂ ਹੁੰਦਾ। ਜ਼ੋਰ ਲਾ ਕੇ, ਜ਼ੋਰ ਲਗਾ ਕੇ, ਚਲ ਬਾਈ ਜ਼ੋਰ ਲਗਾ ਕੇ। ਅਈਸ਼ਾ ਉਹ ਜ਼ੋਰ ਲਗਾ ਕੇ ਹੋ ਗਿਆ, ਜ਼ੋਰ ਹੋ ਗਿਆ। ਆਏ ਹਾਏ ਪੱਕਾ ਕੇ ਲਿਉਣਾ ਤੀ, ਲਾ ਦੇ ਆ ਗਿਆ। ਕਿੱਥੇ ਚੱਕਣ ਦੀ ਲੋੜ ਕੀ ਤੀ, ਹੈ ਪੈਦਲ ਨਾ ਜਾਂਦੇ। ਲੈ ਵੀ ਧਰ ਮੈਂ ਮੈਂ ਚੱਲਾਂ ਤੇਰੀ ਭਰਜਾਈ ਨੂੰ ਮਿਲਣਾ। ਥਾਈ ਦੇ ਅੰਦਰ ਆ ਉਹ ਮੜਾ ਚਕੰਨਾ ਰਹੀ, ਕਿਤੇ ਕੋਈ ਪਿੰਡ ਦਾ ਮੁੰਡਾ ਨਾ ਜੇ ਦੇਖੀ ਕਿਤੇ ਮਰਵਾ ਦੇ ਪਤੰਦਰਾ ਜਾਵਾਂ। ਹਾਂ ਪਹਿਲਾਂ ਚਾਦਰਾ ਠੀਕ ਕਰ। ਹਾਂ ਮੂੰਹ ਠੀਕ ਹੈ, ਤੂੰ ਵੀ ਐਂ ਕਰੀ ਛੇਤੀ ਆ ਜੀ, ਬਗਾਨੇ ਪਿੰਡ ਦਾ ਕੰਮ ਆ ਯਾਰ, ਕਿਤੇ ਡਾਂਗਾ ਨਾ ਪਵਾ ਦੀ ਮੇਰੇ ਯਾਰ। ਨਾ ਨਾ ਠੀਕ ਹੈ, ਆ ਗਿਆ ਮੈਂ। ਆ ਪਿੰਡ ਵਾਲੇ ਕੁੱਟਣ ਲੱਗੇ, ਪੁੱਠਾ ਸਿੱਧਾ ਵੀ ਨਹੀਂ ਦੇਖਦੇ। ਆ ਗਿਆ ਆ ਗਿਆ, ਚੱਲ ਬਾਈ ਤੂੰ ਕਿਵੇਂ ਖੜਿਆ? ਬਸ ਜੀ ਉਹ ਦਮ ਜਿਹਾ ਲੱਗ ਗਿਆ ਤੇ ਲੈਣਾ। ਕਿਤੇ ਬਾਹਰੋਂ ਆਇਆ ਲੱਗਦਾ, ਇਸ ਪਿੰਡ ਦਾ ਤਾਂ ਲੱਗਦਾ ਨਹੀਂ ਤੂੰ। ਹਾਂ ਨਾ ਨਾ ਹਾਂ ਹਾਂ ਜੀ ਬਾਹਰੋਂ ਆ ਜੀ। ਇੱਥੇ ਕੀ ਕਰਦਾ ਖੜਿਆ ਤੂੰ? ਬਸ ਉਹੀ ਦਮ ਜਿਹਾ ਲੱਗ ਗਿਆ ਤੇ ਜੀ ਲੈਣਾ, ਗਰਮੀ ਆ ਰਹੀ ਤੀ। ਤੂੰ ਇੱਥੇ ਚੜ੍ਹ ਕੇ ਆਇਆ ਕਿ ਰੇੜੀ ਕੇ ਲਿਆਇਆ? ਹੈਂ ਹਵਾ ਤਾਂ ਲੱਗਦੀ ਇੱਥੇ, ਇੱਥੇ ਗਰਮੀ ਕਿਵੇਂ ਲੱਗੀ ਤੈਨੂੰ? ਬਸ ਜੀ ਕੋਈ ਗੱਲ ਹੋਰ ਲੱਗਦੀ ਹੈ ਮੈਨੂੰ। ਨਾ ਨਾ ਹੋਰ ਗੱਲ ਨੂੰ ਦੱਸਦਾ ਹੈ ਕਿ ਨਹੀਂ ਦੱਸਦਾ? ਮਾਰਾਂ ਨਾਂਗ ਫਿਰ ਮਾਰਾਂ ਮਾਰਾਂ ਦੱਸਦਾ ਦੱਸਦਾ ਦੱਸਦਾ। ਮੇਰਾ ਇੱਕ ਦੋਸਤ ਆ ਜੀ, ਉਹ ਤੁਹਾਡੇ ਪਿੰਡ ਦੀ ਕੁੜੀ ਨੂੰ ਜੀ ਪਿਆਰ ਕਰਦਾ ਜੀ। ਕਿਹੜੀ ਕੁੜੀ ਨੂੰ? ਤੁਹਾਡੇ ਪਿੰਡ ਦੀ ਹੈ ਜੀ। ਕਿਹਦੀ ਹੈ, ਕਿਹਦੀ ਕੁੜੀ ਹੈ? ਛੋਟੀ ਹੋ ਜੀ। ਅੱਛਾ ਖੜ ਜਾ, ਤੂੰ ਦੱਸਦਾ ਖੜ ਜਾ, ਖੜ ਜਾ ਤੂੰ ਦੱਸਦਾ ਖੜ ਜਾ। ਭਾਉ ਭਾਉ ਉਹ ਰੁਕ ਜਾ ਰੁਕ ਜਾ ਰੁਕ ਜਾ, ਇਹੀ ਬੰਦਾ ਉਹ? ਹਾਂ ਇਹੀ ਹੈ। ਫੜ ਲੈਣਾ ਅੱਜ? ਹਾਂ ਛੱਡ ਦੇ ਆਪਾਂ, ਅੱਜ ਰੰਗੇ ਹੱਥੀ ਫੜਿਆ। ਫਿਰ ਐਂ ਕਰ, ਹੁਣ ਉਹਨੇ ਕੁੱਟਿਆ ਨਹੀਂ ਸਰ ਨਾ, ਇਹਨੂੰ ਲੈ ਕੇ ਜਾਂਦਾ ਮੈਂ ਥਾਣੇ। ਮੈਂ ਕਹਿੰਦਾ ਮੈਂ ਉਰੇ ਕਰ ਦੂੰ ਸਿੱਧਾ ਇਹਨੂੰ। ਉਹ ਨਹੀਂ, ਇਹਨੂੰ ਥਾਣੇ ਲੈ ਕੇ ਜਾਂਦੇ ਆ, ਨਾਲੇ ਪਾਵਾਂਗੇ ਇਹਦੇ ਤੇ। ਪਹਿਲਾਂ ਮੈਨੂੰ ਤਸੱਲੀ ਕਰ ਲੈਣ ਦੇ। ਨਹੀਂ ਤਸੱਲੀ, ਉਹ ਤਸੱਲੀ ਆ, ਉੱਥੇ ਵਾਲੀ ਤਸੱਲੀ ਬਹੁਤ ਹੁੰਦੀ ਹੈ, ਸਮਝ ਗਿਆ? ਤੂੰ ਐਂ ਕਰ, ਓਏ ਬੈਠ ਸਕੂਟਰ ਤੇ, ਚੱਲ ਬਹਿ, ਤੈਨੂੰ ਮੈਂ ਲੈ ਜਾਂਦਾ ਥਾਣੇ, ਚੱਲ ਚੱਲ ਬਹਿ ਚੱਲ ਬਹਿ। ਉਹ ਭਾਊ ਆਹ ਧੱਕਾ ਲਾ ਯਾਰ ਮਾੜਾ ਜਾ, ਤੂੰ ਬਚਾ ਲਿਆ ਆ ਜਾ ਇਹਨੂੰ ਮੇਰੇ ਤੋਂ। ਨਹੀਂ ਬਚਾਉਂਦਾ ਨਹੀਂ, ਤੂੰ ਉੱਥੇ ਆ ਜਾਈ ਥਾਣੇ, ਲੈ ਲਾ ਧੱਕਾ ਕਰਾਂ ਮਾੜਾ ਜਾ, ਚੱਲ ਲਾ ਦੇ ਲਾ ਦੇ, ਚੱਲ ਚੱਲ ਚੱਲ। ਓਹੋ ਮਰ ਗਿਆ ਖਿੱਚ ਖਿੱਚ ਕੇ, ਫਸ ਗਿਆ ਮੈਂ ਤਾਂ। ਓਹੋ ਏ ਖੜ ਜਾ ਓਏ ਫੁੱਫੜਾ, ਆ ਜਾ ਬਾਈ। ਓ ਲੈ ਚੱਕ ਲੱਤ, ਓ ਚੱਕ ਚੱਕ ਚੱਕ, ਬੱਲੇ ਬੱਲੇ ਬੱਲੇ। ਉੱਪਰ ਜਾਈ ਉਹ ਲਾਡੀ, ਆ ਸਾਹਮੋ ਆ ਬੜਾ ਬੁੜਾ, ਆ ਦੇਖ ਲੈ। ਓਹੋ ਆ ਜਾ ਅੰਦਰ, ਉਹ ਦੇਖੀ ਕਿਤੇ ਪੜ ਦੇ ਨਾ ਪੜ ਦੇ, ਉੱਪਰ ਜਾਈ ਇੱਥੇ ਮਰ ਗਏ। ਹਾਏ ਹੈ ਵੀ ਮੱਖਣਾ, ਇਹਨੂੰ ਕੀ ਹੋਇਆ, ਕਿਵੇਂ ਬਿਮਾਰੀ ਪਏ ਮੁਰਗੇ ਵਾਂਗੂ ਧੌਣ ਜੀ ਸਿੱਟੀ ਫਿਰਦਾ। ਉਹ ਕੀ ਦੱਸਾਂ ਭਰਜਾਈ, ਜੇ ਮੈਨੂੰ ਪਤਾ ਹੁੰਦਾ ਨਾ ਵੀ ਦਾਰੂ ਦਾ ਇੰਨਾ ਭੁੱਖਾ, ਮੈਂ ਕਦੇ ਲੈ ਕੇ ਨਹੀਂ ਜਾਂਦਾ ਸੀ। ਕੰਜਰ ਦੇ ਨੇ ਰਿਸ਼ਤੇਦਾਰਾਂ 'ਚ ਬੇਇੱਜ਼ਤੀ ਕਰਾ ਕੇ ਧਰਤੀ। ਮੈਂ ਕਿੱਥੇ ਹਾਂ ਦੱਸਦੀਆਂ ਤੈਨੂੰ ਮੈਂ, ਤੂੰ ਕਿੱਥੇ ਹੈ ਮੱਖਣਾ, ਤੂੰ ਤਾਂ ਜਾ ਕਰੇ। ਆ ਸਾਮੋ ਇਹਨੂੰ ਵੇ ਲਾਡੀ, ਅੱਜ ਇਹ ਨਾ ਇਹ ਜਿਉਂਦਾ ਨਿਕਲਦਾ ਅੰਦਰੋਂ, ਇਹ ਤਾਂ ਲਾਸ਼ ਨਿਕਲੂਗੀ। ਕਾਹਤੋਂ ਮਰਿਆ ਸਭ ਗੱਲ ਪਵਾ ਰਹੀਆਂ, ਤੜਕੇ ਉੱਠੂਗਾ ਫਿਰ ਕਰਾਂਗੇ ਗੱਲ। ਵੇ ਨਾ ਨਾ, ਉਹਨਾਂ ਚਿਰ ਮੈਨੂੰ ਨੀਂਦ ਨਹੀਂ ਆਉਂਦੀ ਜਿੰਨਾ ਚਿਰ ਇਹਨੂੰ ਥੱਪੜ ਕੇ ਸਵਾ ਨਾ ਲਵਾਂ। ਚੱਲ ਥੱਪੜ ਲੈ ਥੋੜਾ ਜਿਹਾ, ਪਰ ਜਿਹੜਾ ਧਿਆਨ ਨਾਲ ਕਿਤੇ ਸਵਰਗ ਲੋਕ ਨਾ ਪਹੁੰਚਾ ਦੇ ਇਹਨੂੰ। ਬਾਪੂ ਨੂੰ ਇੰਨੀ ਵਾਰੀ ਕਿਹਾ ਕਿ ਨਾ ਡੱਫਿਆ ਕਰ, ਜੇ ਦਾਰੂ ਬਗਾਨੀ ਹੈ ਢਿੱਡ ਤਾਂ ਆਪਣਾ ਹੀ ਹੈ, ਪਰ ਇਹਨੂੰ ਵੀ ਮੰਮੀ ਤੋਂ ਛਿੱਤਰ ਖਾਏ ਬਿਨਾਂ ਸਵਾਦ ਨਹੀਂ ਆਉਂਦਾ, ਨਾ ਰੋਟੀ ਹਜਮ ਹੋਵੇ ਇਹਨੂੰ। ਮੈਂ ਕਿਹਾ ਤੈਨੂੰ ਮੁੱਛਿਆ ਕਰੀਏ ਸ਼ੌ ਦੇਵੀ ਦੀ, ਕੋਈ ਬੋਲਦਾ ਹੀ ਨਹੀਂ ਹੈਗਾ ਮੇਰੇ ਅੱਜ, ਜਦੋਂ ਕਿਸੇ ਨੇ ਪੈਸੇ ਦੇਣ ਫਿਰ ਕਿਹਨੂੰ ਦਿਸਦਾ ਕੋਈ ਕਰਮ ਸ਼ਾ।
मछी रहा माया भाई मिलो आके। ओ हाँ लड़ा पापू टीला होया रात दा तू कल आ जी लड़ा यार कल कल कर कहीं दूर चल निकल रखे है गले कहीं मेरे यारे मेरा तो शाब करो जी तारो हाँ मैं ता बैठा कुछ ना कुछ लेके जाऊँ मैं ताज हाँ मेरा तो शाब करो हाँ चंगा अगर बंदे दा पुत बन के ना खड़ा रही जाई ना मैं हूं ही आना गंडासा लेके मेरे साले दा करेण चौथे दिन आ खड़ा अच्छा मैं छिरा मां कहते हुई ना छिर पार दिए बिगड़े हो जी टोर ने निकला मिरर में छी सब किताब तो फिर भी हो जाऊंगा माता रानी ये मेरी रक्षा करा दे मेरा मतलब माता रानी मेरी रक्षा करी ਨਾ ਜੀ ਟੋਰਾਂ ਦਾ ਕੀ ਹੈ ਉਹਦੇ ਤਾਂ ਫੜਕ ਅੰਗੂਠਾ ਲਾ ਦੇਣਗੇ ਜਦੋਂ ਦੇਣ ਦੀ ਵਾਰੀ ਆਉਂਦੀ ਹੈ ਕੋਈ ਢਿੱਲਾ ਹੋ ਗਿਆ ਕੋਈ ਮੱਠਾ ਹੋ ਗਿਆ ਐ ਬਹਾਨੇ ਬਣਾਈਏ ਦਿੰਦੇ ਉਹ ਆ ਗਿਆ ਨਿਕਲ ਮੇਛੀ ਓਏ ਵੇ ਕਿਹੜੇ ਕੰਜਰ ਨੇ ਕਿਹਾ ਸੀ ਵੀ ਐਨੀ ਪੀਆ ਕਰ ਦਾਰੂ ਹਲਕ ਜਨਾ ਦਾਰੂ ਨੂੰ ਦੇਖ ਕੇ ਉਹ ਪੀਤੀ ਕਿਹੜੇ ਕੰਜਰ ਨੇ ਆ ਹੱਡ ਗੋਡੇ ਟੁੱਟੇ ਪਏ ਨੇ ਮੇਰੇ ਤਾਂ ਤੁਹਾਨੂੰ ਐ ਮੈਂ ਦਾਰੂ ਪੀਤੀ ਆ ਨਹੀਂ ਉਹ ਮੱਖਣ ਨੇ ਫਸਾਤਾ ਮੈਨੂੰ ਉਹੀ ਦੱਸ ਕੇ ਗਿਆ ਬੀਬੀ ਨੇ ਦਾਰੂ ਪੀਤੀ ਹੈ ਤੈਨੂੰ ਤਾਂ ਸੁਰਤ ਵੀ ਨਹੀਂ ਤੀ ਭਲਾ ਹੋਵੇ ਉਸ ਵਿਚਾਰੇ ਮੱਖਣ ਦਾ ਜਿਹੜਾ ਤੈਨੂੰ ਘਰੇ ਛੱਡ ਗਿਆ ਉਹ ਲਾਡੀ ਆ ਡਾਂਗ ਫੜਾ ਅੰਦਰੋਂ ਮੱਖਣ ਦਾ ਅੱਜ ਘੜਦਾ ਕਿਉਂ ਮੈਂ ਸਾਲਾ ਹੋਰੇ ਗੱਲਾਂ ਦੱਸ ਗਿਆ ਤੁਹਾਨੂੰ ਆ ਫੜਾ ਕੇ ਨਾ ਡਾਂਗ ਆ ਤੁਹਾਡੇ ਨਾਲ ਵੀ ਕਰਦਾ ਮੈਂ ਗੱਲ ਆ ਕੇ ਹੁਣ ਮੱਖਣੇ ਦੱਸੂਗਾ ਤੁਹਾਨੂੰ ਲੈ ਪਾਪਾ ਹੁਣ ਮੱਖਣੇ ਦੱਸੂਗਾ ਤੁਹਾਨੂੰ ਬੀਬੀ ਨੇ ਕਹਿਣੀ ਪੀਤੀ ਸੀ ਉਹ ਪਾਪਾ ਕੁਛ ਕਰਕੇ ਮੁੜੀ ਕਿਤੇ ਆਇਆ ਨਾ ਥਪੜੇ ਥੁਪੜੇ ਖਾ ਗਿਆ ਜੀ ਤੂੰ ਦੇਖਦਾ ਜੀ ਗਿਰਾਂ ਕਿਵੇਂ ਲੇਲੜੀਆਂ ਕਢਾਉਣਾ ਮੱਖਣ ਦੇ ਬੱਚੇ ਦੀਆਂ ਲੈ ਦੇ ਆਸ਼ੀਰਵਾਦ ਹਟ ਜਾ ਪਾਸੇ ਮੰਮੀ ਮੈਨੂੰ ਲੱਗਦਾ ਮੱਖਣ ਚਾਚਾ ਆਪਣੇ ਨਾਲ ਝੂਠ ਬੋਲ ਗਿਆ ਬਾਪੂ ਆਪਣਾ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਆਪਾਂ ਬਣਾ ਰੱਖਿਆ ਸੱਚ ਤਾਂ ਹੁਣ ਮੱਖਣ ਦੇ ਆਉਣ ਤੇ ਪਤਾ ਲੱਗੂ ਜਾਂ ਫਿਰ ਅੱਜ ਮੱਖਣ ਨਹੀਂ ਜਾਂ ਫਿਰ ਤੇਰੇ ਪਿਓ ਨਹੀਂ ਕੀ ਦੱਸਾਂ ਯਾਰ ਧਰ ਮੈਨੂੰ ਲੈ ਗਿਆ ਤੀ ਤੇਰੀ ਭਰਜਾਈ ਨੂੰ ਮਿਲਣ ਵਾਸਤੇ ਵਧੀਆ ਡਾਂਗਾਂ ਪਈਆਂ ਇਹਦੇ ਮੈਂ ਤਾਂ ਅੰਦਰ ਵੜ ਗਿਆ ਤੀ ਬਈ ਆ ਤੂੰ ਚੰਗਾ ਕੀਤਾ ਧਰ ਮੇ ਨਾਲ ਉੱਥੇ ਪਿੰਡ ਵਾਲਿਆਂ ਨੇ ਕੁੱਟਿਆ ਘਰੇ ਆ ਕੇ ਭਾਬੀ ਨੇ ਦਿੱਤੀ ਲੰਬੜਦਾਰੀ ਉਹ ਮੱਖਣਾ ਜੇ ਧਰ ਮੈਨੂੰ ਪਤਾ ਲੱਗ ਗਿਆ ਨਾ ਬਈ ਤੇਰਾ ਕੀਤਾ ਕਰਾਇਆ ਸਾਰਾ ਕੁਛ ਗੁੱਸੇ ਹੋਊਗਾ ਯਾਰ ਓਏ ਉਹਨੂੰ ਕਿੱਥੇ ਪਤਾ ਲੱਗ ਜਾਊਗਾ ਇਹ ਗੱਲ ਤਾਂ ਤੇਰੇ ਮੇਰੇ 'ਚ ਹੈ ਅੱਛਾ ਤਾਂ ਮੇਰੀ ਫੱਟੀ ਪੁੱਛਣ 'ਚ ਮੱਖਣ ਦਾ ਹੱਥ ਆ ਓਏ ਹੋਰ ਨਜ਼ਾਰਾ ਬਹੁਤ ਆਉਂਦਾ ਜਦੋਂ ਧਰਮੇ ਦੇ ਡੰਡੇ ਪੈਂਦੇ ਨੇ ਉਹ ਤੂੰ ਕਾਸ ਤੋਂ ਪੁੱਛੀ ਜਾਣਾ ਦਾਰਿਆ ਓਏ ਮੈਂ ਕਦੋਂ ਪੁੱਛਿਆ ਤੇਰੇ ਉਈ ਕੰਨ ਵੱਜੀ ਜਾਂਦੇ ਆ ਲੱਗਦਾ ਚੜ ਗਈ ਤੈਨੂੰ ਪੁੱਛਿਆ ਇਹਨੇ ਨੀ ਮੈਂ ਆ ਮੱਖਣਾ ਸਾਲਿਆ ਮੈਨੂੰ ਫਸਾ ਗਿਆ ਉੱਥੇ ਨਜ਼ਾਰੇ ਲੈ ਗਿਆ ਹੈ ਮਰਾਂ ਡਾਂਗ ਓਏ 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 ਡਾਂਗ ਨਾ ਮਾਰੀ ਯਾਰ ਉਹ ਨਾ ਮਾਰੀ ਬਾਈ ਉਹ ਗਲਤੀ ਹੋ ਗਈ ਯਾਰ ਮੇਰੇ ਤੋਂ ਮਾਫ ਕਰ ਦੇ ਮਾਫ ਤਾਂ ਤੈਨੂੰ ਤਾਂ ਕਰੂੰਗਾ ਗੋਗੀ ਦੇ ਪਿੰਡ ਵਾਲਿਆਂ ਦੀ ਅੜ ਭੰਨਣੀ ਆ ਵਿਆਹ ਕੇ ਲਿਆਉਣਾ ਵਾ ਇਹਨੂੰ ਬਦਲਾ ਲੈਣਾ ਬਦਲਾ ਮੇਰੀ ਕੁੱਟ ਦਾ ਹਾਂ ਮੇਰਾ ਬਦਲਾ ਉਦੋਂ ਪੂਰਾ ਹੋਊ ਜਿਸਦੇ ਤੂੰ ਬਰਾਤ ਲੈ ਕੇ ਜਾਏਗਾ ਅਰ ਤੇਰੀ ਬਰਾਤ 'ਚ ਸਾਰਿਆਂ ਤੋਂ ਪਹਿਲਾਂ ਮੈਂ ਨੱਚੂ ਹਾਂ ਚਲੋ ਪੈਗ ਪਾ ਹੁਣ ਉਹ ਪਾ ਯਾਰ ਦਾਰੇ ਨੂੰ ਪੈਗ ਹਾਂ ਬਥੇਰੇ ਪੜਿਆ ਲੈ ਚੱਕ ਓਏ ਦੇਖ ਲੈ ਲਾਡੀ ਹੁਣ ਤੱਕ ਨਹੀਂ ਉੱਠੇ ਤੇਰੇ ਪਿਓ ਉੱਠੂ ਕਿਹੜੇ ਮੂੰਹ ਨਾਲ ਝੂਠਾ ਜੋ ਇੱਕ ਨੰਬਰ ਦਾ ਉਹ ਉੱਠ ਜੂਗਾ ਮੰਮੀ ਬੰਦੇ ਨੂੰ ਸਬੂਕ ਇਕੱਠੇ ਕਰਨ 'ਚ ਟਾਈਮ ਲੱਗਦਾ ਉਹ ਕਹਾਣੀ ਵੀ ਤਾਂ ਬਣਾ ਕੇ ਸੁਣਾਊਗਾ ਕੋਈ ਵੀ ਆਹ ਹੋ ਗਿਆ ਉਹ ਹੋ ਗਿਆ ਇਸੇ ਕਹਾਣੀ ਤੇ ਇਹਦੀ ਫਿਲਮ ਨਾ ਬਣਾਤੀ ਨਾ ਮੇਰਾ ਨਾਂ ਰੂਪਕੌਰ ਜੱਟੀ ਨਹੀਂ ਲੈ ਆ ਗਿਆ ਉਹ ਲਾਡੀ ਹਾਂ ਪਾਣੀ ਤੱਤਾ ਕਰ ਦਿਓ ਮੈਂ ਨਹਾਉਣਾ ਮੈਨੂੰ ਐ ਕਿਉਂ ਲੱਗਦਾ ਜਿਵੇਂ ਮੇਰੇ ਕਿਸੇ ਨੇ ਡਾਂਗ ਫੇਰੀ ਹੋਵੇ ਲੈ ਆ ਗਏ ਮਹਾਰਾਜ ਉੱਠ ਕੇ ਉਤਾਰੋ ਇਹਨਾਂ ਦੀ ਆਰਤੀ ਮੈਂ ਕੀ ਜਲੂਸ ਕੱਢਿਆ ਕੱਲ ਮੱਖਣ ਕੀ ਰਿਸ਼ਤੇਦਾਰੀ 'ਚ ਇੰਨੀ ਪੀਤੀ ਹੋਈ ਤੀ ਤੈਨੂੰ ਆਪਦੀ ਸੁਰਤ ਵੀ ਨਹੀਂ ਸੀ ਉਹ ਤਾਂ ਭਲਾ ਹੋਵੇ ਵਿਚਾਰੇ ਮੱਖਣ ਦਾ ਜਿਹੜਾ ਤੈਨੂੰ ਛੱਡ ਗਿਆ ਨਹੀਂ ਪਿਆ ਹੋਣਾ ਸੀ ਕਿਤੇ ਰੂੜੀਆਂ ਤੇ
मक्खन की रिश्तेदारी। अच्छा हाँ 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 ओते पूरा बात हो गई थी आ डिग होना कि दारू पी के ताही हट गोडे दुखते ने मेरे। मैं आया गिरा अब मक्खन नु मिले वहां ठीक है मैं आया। लाडी मैनू ये क्यों लगी जाता है चवित्र प्यो में तो कुछ लुको ही जाता है। ओ मम्मी दे कोल की है लगाउण वास्ते 15 साल हो गए थोड़े ब्याह नु इन्नी देर च ता बंदे दा वाजा वाज ही जाता है। ले आ बैठा मेरा साला ओ तर में ओ मैंने गलत दस यार की होगी ओहो साला कुट पोदी मेरे ओहो नाले मेरे स्कूटर ते डांग मारी ओबड़े ने हैं ओए ओ ता तेनु मैं बचा लिया नहीं मार दंदे पिंड वाले कुट कुट तेनु ओ ता शुक्र कर धर्मिया अपना स्कूटर स्टार्ट हो गया। हां मेनू साली ये गल दी समझ नहीं आ रही मिलन ता तू गया था कुड़ी नु ओबड़े ने मेनू कदों कुटिया भाई धर्मिया तू तो शकल तो चोर चक्का जा लगता है शक च कुटेगा तू तो भरजाई ने मेरे तो पूछा थी मैं क्या ओदी तो दारू वध पीती हुई थी ताइयों कहंदी थी भी मक्खन की रिश्तेदार जी की गंद पाया नाले गल सुन ला मेनू ना कहीं जान नू अपन जांदे ते नाल ओ मैं तो कहे सी भी कल्ला स्कूटर दे दे आप ही कहा था भी मैं तो नाल चलूं जा वग जा लैला स्वाद। ओ पापा मम्मी ने 2 मिनट च घरे बुलाया नहीं फिर की होए ओ इत्थे आजू हैं ओ चाचा पापा किधर गया किधर गया लाडी ओ हैं ए भी उठ गया ओ दोनों नु धरती खा गई के आसमान खा गया हुण नहीं मैं समझना रह सकदी बहुत हो गया। रूप इतनी छोटी गल ते कर छड़ के जान दी की लोड़ है यार मैं कितने नहीं जारी कर छड़ के ए तेरा बैग है शराबी आ आ चक बैग ते निकल इथों हद हो गई यार ओ मैं इस उम्र किथे जाऊंगा ओ लाडी समझा तेरी मां नू ओ पापा जे तेरी नहीं मंदी मेरी किथों मनूगी अपने तो बस जो बाहर है काम ओ तुसी ते लड़के फेर इक हो जाना है बुरा तो मैं भेजू चल चक बैग ओ तेनू मेरी दारू पीनी पूछ लगदी आ लै छड्डी अज तो कुत्ता हो जेड़ा तो हाथ भी लावे अ तेरे सिर दी सौ लगे जमा नहीं पींदा दुड़ना ओ दारू किते चंगी तेरे नालो नाले आपा दारू पिछे लाके घर थोड़ी दुड़ना जमा नहीं पींदा आ देख सौ लगे बड़े महाराज दी चल कर दे माफ मम्मी इनू हुन तो तेरे सिर दी सौ भी खा लिए ने लास्ट बार माफ करूंगी जे तो बाद दारू पीती ना तो मेरे मरी दा मुंह देखेगा ओ तू मरता सी तेरा मुंह देखना कौन चाहता चढ़ेले तू इधर आ जी आया ओ मेनू मम्मी दी नहीं समझ आंदी नाले बैग भी पैक करवा लिया चट लड़ पैंदी है चट माफ कर देंदी है समझ तो बाहर है मेरे ता ओ बोलो हुन कुछ बोलना की है चक्को स्कूटर नाल जाओ ना दे करे इधर रिश्ते दी गल करके आओ चाची तो बेचारी सिधरी है सारा कुछ हुन आपां नूं करना पैना है ओ ज्यौंदी रह भरजाइए मैनू पता सी तुसी कड्ढोगे कीला ओ चल कर ला हुन स्कूटर स्टार्ट ओ मखणा काम खतरे वाला यार तू ले जा स्कूटर ओ मैं तां डर लगी जांदा किते कुड़ी दा बाप ना टक्कर जाए ओ उदे वाला ना हुण ऐ करेगा यार मैनू लग गया पता वीरे ना जे तेरा मैं सगा भरा हुंदा तां ऐदी जवाब दिंदा तू वे तू के दिल हौला करदा है ए तां भज्जे जाऊ चल जी खड़ा हो जा बंदा बन के कि दिखावां असली रूप तैनू ਹੋਰ ਜਿੱਥੇ ਮਰਜ਼ੀ ਭੇਜ ਦੋ ਮੈਨੂੰ ਪਰ ਗੋਗੀ ਦੇ ਪਿੰਡ ਨਹੀਂ ਜਾਂਦਾ ਉੱਥੇ ਤਾਂ ਕੁੱਤੇ ਦਾ ਡੰਡਾ ਲੱਗੇ ਉਹ ਨਹੀਂ ਮੁੜ ਕੇ ਜਾਂਦਾ ਮੈਂ ਤਾਂ ਫਿਰ ਵੀ ਬੰਦਾ ਉਹ ਐਂ ਕਰ ਵੀਰੇ ਆ ਲਾਡੀ ਦੇ ਰੂਪ ਨੂੰ ਲੈ ਜਾ ਮੇਰਾ ਤਾਂ ਕਰੰਟ ਜਾਂ ਮੁੱਕਿਆ ਪਿਆ ਯਾਰ ਉਹ ਚੱਲ ਚਾਚਾ ਆਪੇ ਹੀ ਮਾਰ ਦਿਆ ਹਿੰਮਤ ਸਾਡਾ ਤਾਂ ਸਕੂਟਰ ਵੀ ਧੱਕਾ ਸਟਾਰਟ ਹੈ ਤੇ ਪਾਪਾ ਵੀ